ਸੋ ਹੈਲੋ ਦੋਸਤੋ, ਕਿਵੇਂ ਹੋ ਸਾਰੇ? ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ, ਇੱਦਾਂ ਹੀ ਪਿਆਰ ਦਿੰਦੇ ਰਹੋ, ਇੱਦਾਂ ਹੀ ਸਪੋਰਟ ਕਰਦੇ ਰਹੋ। ਅਤੇ ਅੱਜ ਆਪਾਂ ਜਾ ਰਹੇ ਹਾਂ, ਮੈਂ ਬਾਈਕ ਦੀ ਪੇਪਰ ਪੇਸਟਿੰਗ ਕਰਵਾ ਰਿਹਾ, ਆਪਣਾ ਫਰੈਂਡ ਹੀ ਕਰਦਾ ਆ ਅਤੇ ਆਪਣੇ ਘਰ ਕਰਨ ਲੱਗਾ ਆ। ਸੋ ਮੈਂ ਸੋਚਿਆ ਕਿ ਛੋਟਾ ਜਿਹਾ ਵਲੌਗ ਬਣਾ ਲਈ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਆਹ ਬਾਈਕ ਆਪਣੀ ਜੋ ਪਹਿਲਾਂ ਹੀ ਪੇਪਰ ਪੇਸਟਿੰਗ ਹੋਈ ਪਈ ਆ, ਬਟ ਆਪਾਂ ਹੁਣ ਕੁਛ ਅਲੱਗ ਕਰ ਰਹੇ ਹਾਂ ਇਹਦੇ 'ਤੇ। ਇਹ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਕਿ ਆਪਾਂ ਕਿਹੜਾ ਪੇਪਰ ਕਰਾਉਂਦੇ ਹਾਂ। ਤੁਸੀਂ ਦੇਖ ਸਕਦੇ ਹੋ, ਆਪਾਂ ਆਪਣੇ ਯਾਰ ਦੋਸਤ ਦੇ ਘਰ ਪਹੁੰਚ ਚੁੱਕੇ ਹਾਂ, ਮੋਟਰਸਾਈਕਲ ਖੜ੍ਹਾ, ਅਤੇ ਆਹ ਦੇਖ ਲਓ ਕੰਮਕਾਰ ਵਾਲੇ ਬੰਦੇ, ਦੇਖ ਲਓ ਮੈਂ ਕੰਮ ਕਰਾਉਣ ਆਇਆ ਵਾਂ ਅਤੇ ਹੁਣ ਉੱਠਿਆ ਆ। ਇਹਦਾ ਨਾਂ ਲਵਪ੍ਰੀਤ ਸਿੰਘ ਆ ਅਤੇ ਆਪਣਾ ਪੱਕਾ ਆੜੀ ਆ, ਨਾਲ ਰਹਿੰਦਾ 24 ਘੰਟੇ। ਲਓ ਜੀ, ਤਿਆਰੀ ਹੋ ਚੁੱਕੀ ਆ ਪੇਪਰ ਮੋਡੀਫਿਕੇਸ਼ਨ ਦੀ, ਅਤੇ ਆਪਾਂ ਆਹ ਪੇਪਰ ਸਿਲੈਕਟ ਕੀਤਾ ਆ। ਅਤੇ ਖਲਾਰਾ ਖਲੂਰਾ ਪਾਉਣ ਤੋਂ ਬਾਅਦ ਅਸੀਂ ਆਹ ਪੇਪਰ ਸਿਲੈਕਟ ਕੀਤਾ ਆ, ਅਤੇ ਬਾਕੀ ਤੁਹਾਨੂੰ ਕੰਮ ਦਿਖਾਵਾਂਗੇ ਕਿ ਕਿੱਦਾਂ ਕਿੱਦਾਂ ਕੀਤਾ ਆ। ਆਹ ਸਾਡਾ ਆਰਟਿਸਟ ਆ ਲਵਪ੍ਰੀਤ, ਘਰੇ ਹੀ ਕੰਮ ਕਰਦੇ ਆ, ਜੇਕਰ ਕਿਸੇ ਨੇ ਕਰਾਉਣਾ ਹੋਇਆ ਤਾਂ ਓਨਲੀ ਇਨ 499 ਰੁਪੀਸ। ਆਹ ਤਾਂ ਕਲੋਲਾ ਆ, ਹਾਲੇ ਤੱਕ ਜੱਟ ਫੋਰਮ 'ਚ ਤਾਂ ਆਇਆ ਹੀ ਨਹੀਂ। ਲਓ ਦੋਸਤੋ, ਦੇਖ ਲਓ ਕਿ ਸਾਰਾ ਪੇਪਰ ਆ। ਪੇਪਰ ਟੈਂਕੀ 'ਤੇ ਹੋ ਰਿਹਾ ਅਤੇ ਉਹਨੂੰ ਫਾਈਨਲ ਟੱਚ ਦਿੱਤੀ ਜਾ ਰਹੀ ਆ, ਫਾਈਨਲ ਟੱਚ ਆ। ਇਸ ਤੋਂ ਬਾਅਦ ਆ ਟਾਪਿਆਂ ਨੂੰ ਕੀਤਾ ਜਾਏਗਾ ਪੇਪਰ, ਅਤੇ ਬਾਕੀ ਫਾਈਨਲ ਟੱਚ ਆ। ਐ ਲਵਪ੍ਰੀਤ ਸਿੰਘ ਸਾਹਿਬ ਵੱਲੋਂ ਹੁਣ ਕਟਿੰਗ ਕੀਤੀ ਜਾ ਰਹੀ ਆ ਪੇਪਰ ਦੀ। When you want to succeed as bad as you want to breathe, then you'll be successful. ਮੈਨੂੰ ਕਹਿੰਦੇ ਸੀਗੇ ਫੇਲ ਮੈਂ ਦਿਖਾਇਆ ਬਣ ਕੇ, ਦੇਖ ਸਕਸੈਸ ਮੇਰੀ ਫੇਰ ਨਹੀਂ ਦਿਖੇ, ਗੁਰੀ ਗੁਰੀ ਗਿੱਲ ਜਾਵੇ ਟੈਗ ਬਣਦਾ, ਦੇਣ ਨੂੰ ਕਿਸੇ ਨੂੰ ਕਦੇ ਗਾਣੇ ਨਹੀਂ ਲਿਖੇ, ਆਪਣੀ ਆ ਲਾਈਫ ਮੇਰੀ ਲੈਣ ਆਪਣੀ, ਮੈਂ ਚੇਂਜ ਕਾਹਤੋਂ ਕਰਾਂ ਦੁੱਖੀ ਤਿੱਕੀ ਦੇ ਪਿੱਛੇ, ਖੈ ਬਾਰੀਆਂ ਦਾ ਵੀ ਹਿਸਾਬ ਕੋਈ ਨਾ, ਜਿਹਦੇ ਨਾਲ ਰੱਖੀ ਸ਼ਰੇਆਮ ਰੱਖੀਆ, ਛੱਡ ਗਏ ਸੀ ਮਾੜਾ ਮੇਰਾ ਟੈਂ ਦੇ ਕੇ, ਮੈਂ ਸੋਹਣੀ ਇਹ ਨਹੀਂ ਆਉਂਦੇ ਨਹੀਂ ਤਾਂ ਚੱਕੀਆ, ਛੱਡ ਗਏ ਸੀ ਮਾੜਾ ਮੇਰਾ ਟੈਂ ਦੇ। ਦੋਸਤੋ, ਆਫਟਰ ਟੈਂਕੀ, ਹੁਣ ਸਾਈਡ ਵਾਲੇ ਟਾਪਿਆਂ ਦੀ ਵਾਰੀ ਆ। ਗੇਮ ਚੇਂਜਰ ਇਨ ਦਾ ਹਾਊਸ, ਬਹੁਤ ਸਾਰੇ ਆਰਟੀਕਲ ਜਿਹੜੇ ਰਬੜ ਦੇ ਨਾਲ ਪੇਸਟ ਕਰਦੇ ਆ, ਪਰ ਜਿਹੜਾ ਅੰਗੂਠਾ ਆਪਣਾ ਥੰਮ ਹੈ ਨਾ, ਇਹ ਬਹੁਤ ਬੈਸਟ ਆ, ਹਰ ਇੱਕ ਚੀਜ਼ ਦੇ ਚੀਜ਼ ਦੇ ਵਿੱਚ ਨੇ ਜਾ ਕੇ ਬੈਠ ਜਾਣਾ ਆਪਣਾ ਮਾਸ ਜਿਹੜਾ ਵਾ, ਉਹ ਕੰਮ ਰਬੜ ਨਹੀਂ ਕਰਦੀ, ਜਿਹੜਾ ਕੰਮ ਅੰਗੂਠਾ ਕਰ ਜਾਂਦਾ ਆਪਣਾ। ਠੀਕ ਆ, ਠੀਕ, ਜਿੱਥੇ ਲੋੜ ਪੈਂਦੀ ਨਾ ਮੈਂ ਉੱਥੇ ਸਿੱਧੇ ਸਿੱਧੇ, ਜਿੱਦਾਂ ਹੁਣ ਪਤਾ ਵਾ ਗੱਡੀ ਦੇ ਪੇਪਰਾਂ ਦੇ ਵਿੱਚ ਆਪਾਂ ਸੋਹਣੀ ਫਿਨਿਸ਼ਿੰਗ ਹੈ, ਬਹੁਤ ਸੋਹਣਾ ਵਰਕ ਕੀਤਾ ਗਿਆ ਵੀ, ਦੇਖ ਲਓ, ਦੇਖੋ ਅੰਦਰ ਬਾਹਰ ਪੇਪਰ ਖਾਲੀ ਛੱਡਿਆ ਗਿਆ, ਵੱਧ ਜ਼ਿਆਦਾ ਹੀ ਛੱਡਿਆ ਗਿਆ ਆ, ਤਾਂ ਕਿ ਜੇਕਰ ਪੇਪਰ ਸ਼ਰਿੰਕ ਵੀ ਹੋਵੇ ਤਾਂ
ਉਹ ਬਾਹਰ ਨਾ ਨਿਕਲੀ। ਬਹੁਤ ਸੋਹਣਾ ਲੱਗਾ ਮੈਨੂੰ ਤੇ। ਬਾਕੀ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਕਿ ਕਿਵੇਂ ਆ, ਤੁਹਾਨੂੰ ਕਿਵੇਂ ਲੱਗਾ ਆ। ਸਾਡਾ ਦੁਖੀ ਭਰਾ ਬਹੁਤ ਦੁਖੀ ਹੈ ਇਸ ਟਾਈਮ ਤੇ। ਮੈਨੂੰ ਮਾਰਾ ਕਹੀ ਆਨ ਦਿਆ, ਬਹੁਤ ਗਲਤ ਗੱਲ ਆ ਇਹ। ਕਰਨ ਦੇ ਮਾਰੇ ਨੀ ਬੰਦੇ ਨੂੰ ਜਵਾਬ ਦੇਣਾ ਚਾਹੀਦਾ, ਕੰਮ ਕਰਨ ਦਿਆ ਤੂੰ। ਇਹ ਸ਼ੂਟ ਕਰੂੰਗਾ ਮੈਂ ਅਪਲੋਡ ਵਿੱਚ, ਦੇਖ ਲਓ ਸਾਡਾ ਆਰਟਿਸਟ। ਸੋ ਦੋਸਤੋ, ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੁਣ ਲੁੱਕ ਬਦਲ ਚੁੱਕੀ ਆ ਮੋਟਰਸਾਈਕਲ ਦੀ। ਦੇਖੋ ਕਿੰਨਾ ਘੈਂਟ ਲੱਗਦਾ ਪਿਆ ਇਹ। ਆਹ ਸਾਡੇ ਆਰਟਿਸਟ ਸਾਹਿਬ ਆ ਜਿਨ੍ਹਾਂ ਨੇ ਬਣਾਇਆ ਆ। ਸੋ ਤੁਸੀਂ ਦੇਖ ਸਕਦੇ ਹੋ ਲੁੱਕ ਹੁਣ। ਬਹੁਤ ਬਹੁਤ ਧੰਨਵਾਦ ਮਹਾਰਾਜ। ਓਨਲੀ ਇਨ 499। ਮੈਂ ਜਾਣਾ ਅੱਪ ਜਾ ਫੇ ਡਾਊਨ, ਮੇਰਾ ਰੱਬ ਜਾਣਦਾ। ਸਿੱਧਾ ਐ ਜਵਾਬ ਥੋਡੀ ਬੈਕ ਬਾਈਟ ਦਾ। ਹੋ ਜ਼ੀਰੋ ਹੋਣੀ ਉੱਤੇ ਨਹੀਂ ਉਹ ਚੀਕਾਂ ਮਾਰਦਾ। ਹੋ ਮਾਣ ਵੀ ਨਹੀਂ ਕੀਤਾ ਕਦੇ ਉੱਚੀ ਹਾਈਟ ਦਾ। ਹੋ ਜ਼ੀਰੋ ਹੋਣੀ ਉੱਤੇ ਵੀ ਨਹੀਂ ਚੀਕਾਂ ਮਾਰਦਾ। ਮਾਣ ਵੀ ਨਹੀਂ ਕੀਤਾ ਕਦੇ ਉੱਚੀ ਹਾਈਟ ਦਾ। ਹੋ ਮੂਸੇ ਵਾਲਾ ਜੱਟ ਠੋਕ ਠੋਕ ਰੱਖੂਗਾ। ਹੋ ਸਿੱਧੂ ਮੂਸੇ ਵਾਲਾ ਠੋਕ ਠੋਕ ਰੱਖੂਗਾ। ਹੋ ਜੱਟ ਤਾਂ ਲਕੀਰ ਦੇ ਫਕੀਰ ਹੁੰਦੇ ਨੇ। ਦੋਸਤੋ ਬਹੁਤ ਬਹੁਤ ਧੰਨਵਾਦ ਸਾਰੀ ਵੀਡੀਓ ਦੇਖਣ ਲਈ। ਤੁਸੀਂ ਦੇਖ ਸਕਦੇ ਹੋ ਬਾਈਕ ਕਿਵੇਂ ਘੈਂਟ ਲੱਗਣ ਦੀ ਆ, ਅਤੇ ਜਿਹਨੇ ਮੋਡੀਫਾਈ ਕੀਤੀ ਉਹਦੀ ਆਪਾਂ ਆਈ ਡੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ, ਜਿਹਨੇ ਕੰਮ ਕਰਾਉਣਾ ਹੋਇਆ ਕੰਟੈਕਟ ਕਰ ਲਿਓ। ਸੋ ਵੀਡੀਓ ਐਂਡ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਲਾਈਕ ਕਰਿਓ, ਸਪੋਰਟ ਕਰਿਓ, ਅਤੇ ਇੱਦਾਂ ਹੀ ਨਵੇਂ ਨਵੇਂ ਕੰਟੈਂਟ ਲੈ ਕੇ ਆਉਂਦੇ ਰਹਾਂਗੇ। ਧੰਨਵਾਦ, ਸਟੇ ਟਿਊਨਡ।